ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ ਸੇਖੋਂ ਅੱਜ ਜੋ ਬਲਵੀਰ ਸਿੰਘ ਰਾਜੇਵਾਲ ਵੱਲੋਂ ਬਿਆਨ ਦਿੱਤਾ ਗਿਆ ਕਿ ਜਿਹੜੇ ਕੁੰਡਲੀ ਬਾਰਡਰ ਤੇ ਦਿੱਲੀ ਦੇ ਬਾਰਡਰ ਤੇ ਜਿਹੜੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉਹਨਾਂ ਨੂੰ ਲਾਹ ਦੇਣਾ ਚਾਹੀਦਾ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਉਸ ਬਾਰੇ ਵਿਚਾਰ ਮੈਂ ਕਰਨ ਦੇ ਲਈ ਲਾਈਵ ਹੋਇਆ ਹਾਂ ਮੈਂ ਬਲਵੀਰ ਸਿੰਘ ਰਾਜੇਵਾਲ ਜੀ ਨੂੰ ਪੁੱਛਣਾ ਚਾਹਨਾ ਕਿ ਜਦੋਂ ਰਾਜੇਵਾਲ ਸਾਹਿਬ ਜਿਹੜਾ ਸ਼ਰਧ ਸੰਘਰਸ਼ ਆ ਇਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਕੋਈ ਰੌਲਾ ਨਹੀਂਗਾ ਕੋਈ ਇਦਾਂ ਦੀ ਬਿਆਨਬਾਜ਼ੀ ਨਹੀਂ ਹੋ ਰਹੀ ਕੋਈ ਗਲਤ ਨਾਰਾ ਨਹੀਂ ਲੱਗ ਰਿਹਾ ਕੋਈ ਸਟੇਜ ਤੋਂ ਗਲਤ ਗੱਲ ਨਹੀਂ ਹੋ ਰਹੀ ਤਾਂ ਤੁਸੀਂ ਐਨ ਮੌਕੇ ਤੇ ਆ ਕੇ ਅੱਜ ਨਿਸ਼ਾਨ ਸਾਹਿਬ ਦਾ ਈਸ਼ੂ ਜਿਹੜਾ ਬਣਾ ਕੇ ਸਟੇਜ ਤੋਂ ਗੱਲ ਕੀਤੀ ਆ ਕੀ ਤੁਸੀਂ ਦੱਸੋ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਕੋਈ ਇਹੋ ਜਿਹੇ ਵਿਵਾਦਿਤ ਬਿਆਨ ਦੇ ਕੇ ਇਸ ਸੰਘਰਸ਼ ਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਨਿਸ਼ਾਨ ਸਾਹਿਬ ਜਦੋਂ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕ ਪੰਜਾਬ ਦਾ ਯੂਥ ਤੁਰਿਆ ਸੀਗਾ ਜਿਹੜੇ ਕਵਾਂਟਰਾਂ ਦੇ ਪੱਥਰ ਪਰੇ ਸੀ ਕੰਕਰੀਟ ਦੇ ਪੱਥਰ ਸੀਗੇ ਬੈਰੀਅਰ ਲਾਈ ਹੋਏ ਸੀਗੇ ਕੰਡਾ ਤਾਰਾਂ ਲਾਈਆਂ ਹੋਈਆਂ ਸੀ ਟੋਏ ਪੱਟੇ ਹੋਏ ਸੀ ਜਦੋਂ ਉਹ ਟੋਏਆਂ ਨੂੰ ਜਾਂ ਉਹ ਪੱਥਰਾਂ ਨੂੰ ਪੰਜਾਬ ਦੇ ਯੂਥ ਨੇ ਪੰਜਾਬ ਦੇ ਨੌਜਵਾਨਾਂ ਜਦੋਂ ਚੁੱਕਦੇ ਸੀ ਉਦੋਂ ਜਕਾਰਾ ਬੁਲਾਉਂਦੇ ਸੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਜਕਾਰੇ ਲਾ ਕੇ ਉਸੇ ਨਿਸ਼ਾਨ ਸਾਹਿਬ ਦੀ ਓਟ ਆਸਰਾ ਲੈ ਕੇ ਵੱਡੇ ਵੱਡੇ ਜਿਹੜੇ ਪੱਥਰ ਸੀਗੇ ਉਹਨਾਂ ਨੂੰ ਧੱਕ ਦਿੰਦੇ ਸੀਗੇ ਜਿਹੜੇ ਪੱਥਰ ਕਰੇਨਾ ਨਾ ਰੱਖੇ ਹੁੰਦੇ ਸੀ ਨਾ ਉਹੀ ਉਹ ਪੱਥਰ ਜਿਹੜਾ ਪੰਜਾਬ ਦਾ ਯੂਥ ਆ ਇਹੀ ਨਿਸ਼ਾਨ ਸਾਹਿਬ ਦੇ ਓਟ ਆਸਰੇ ਦੇ ਨਾਲ ਉਹਨਾਂ ਨੇ ਹੱਥਾਂ ਦੇ ਨਾਲ ਪ੍ਰਾ ਕੀਤੇ ਨੇ ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਸੋਚਿਆ ਦੂਜੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸੇ ਨਿਸ਼ਾਨ ਸਾਹਿਬ ਦੇ ਹੇਠ ਇਸੇ ਨਿਸ਼ਾਨ ਸਾਹਿਬ ਨੂੰ ਲੈ ਕੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਵੀ ਅਸੀਂ ਉਸੇ ਜ਼ਮੀਨ ਦੀ ਲੜਾਈ ਲੜ ਰਹੇ ਹਾਂ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਾਨੂੰ ਮਾਲਕ ਬਣਾਇਆ ਗਿਆ ਸੀ ਜੇ ਉੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਸ ਵਿੱਚ ਕੋਈ ਗਲਤ ਨਹੀਂ ਸਗੋ ਤੁਸੀਂ ਸਾਰੀਆਂ 31 ਜਿੰਨੀਆਂ 31 34 ਜਿੰਨੀਆਂ ਵੀ ਤੁਸੀਂ ਜੱਥੇਬੰਦੀਆਂ ਸਾਰੀਆਂ ਆਪੋ ਆਪਣਾ ਜਿਹੜਾ ਝੰਡਾ ਉਹਨੂੰ ਉਤਾਰ ਕੇ ਇੱਕ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਤੇ ਪੂਰੇ ਦੇਸ਼ ਨੂੰ ਆਪਣੀ ਏਕਤਾ ਤੇ ਪੰਜਾਬ ਦੀ ਏਕਤਾ ਦਾ ਸਬੂਤ ਤਾ ਤੁਸੀਂ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਪਰ ਇਹ ਨਹੀਂ ਹੋ ਰਿਹਾ ਤੁਸੀਂ ਉਲਟਾ ਇਹ ਬਿਆਨ ਦੇਣਾ ਕਿ ਨੌਜਵਾਨਾਂ ਨੂੰ ਟਰੈਕਟਰਾਂ ਤੋਂ ਵੀ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਨੇ ਉਹ ਵੀ ਲਾ ਦੇਣੇ ਚਾਹੀਦੇ ਨੇ ਜਿਹੜੇ ਬਾਰਡਰ ਤੇ ਲੱਗੇ ਹੋਏ ਨੇ ਉਹ ਵੀ ਲਾ ਦੇਣੇ ਚਾਹੀਦੇ ਨੇ ਨਿਹੰਗ ਜਥੇਬੰਦੀਆਂ ਨੂੰ ਵਾਪਸ ਮੁੜ ਜਾਣਾ ਚਾਹੀਦਾ ਇਹ ਬਿਲਕੁਲ ਗਲਤ ਬਿਆਨ ਆ ਇਸ ਦੇ ਵਿੱਚ ਸਰਕਾਰੀ ਬੋਲੀ ਆ ਜਿਹੜੀ ਉਹ ਤੁਹਾਡੇ ਜਿਹੜੇ ਭਾਸ਼ਣ ਦੇ ਵਿੱਚ ਸਰਕਾਰ ਦੀ ਬੋਲੀ ਆ ਜਿਹੜੀ ਉਹ ਸਾਨੂੰ ਨਜ਼ਰ ਆਈ ਆ ਤੁਸੀਂ ਸਰਕਾਰ ਦੀ ਕਹਿਣ ਤੇ ਇਹੋ ਜਿਹਾ ਬਿਆਨ ਸਟੇਜ ਤੋਂ ਦਿੱਤਾ ਤੁਸੀਂ ਗੱਲ ਕੀਤੀ ਕਿ ਸਟੇਜ ਤੋਂ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਨੇ 1984 ਤੋਂ ਲੈ ਕੇ 1995 ਤੱਕ 2.5 ਲੱਖ ਨੌਜਵਾਨ ਪੰਜਾਬ ਦੇ ਲਈ ਪੰਜਾਬ ਦੇ ਖੇਤਾਂ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੀ ਕਿਸਾਨੀ ਲਈ ਸ਼ਹੀਦ ਹੋਇਆ ਉਹਦੀ ਗੱਲ ਨਹੀਂ ਕਰਨੀ ਕਿਸੇ ਨੇ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਗਈਆਂ ਉੱਥੇ ਕੋਈ ਉਦਾਂ ਦੀ ਗੱਲ ਨਹੀਂ ਹੋ ਰਹੀ ਤੁਸੀਂ ਕਿਹਾ ਕਿਸੇ ਹੋਰ ਚੀਜ਼ ਦੀ ਨਹੀਂ ਗੱਲ ਕਰਨੀ ਪੰਜਾਬ ਦੀ ਖੁਦਮਖਤਿਆਰੀ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਹੋਰ ਕਿਸੇ ਈਸ਼ੂ ਦੀ ਜਿਹੜੀ ਗੱਲ ਆ ਉਹ ਸਟੇਜ ਤੋਂ ਨਹੀਂ ਕਰਨੀ ਕੋਈ ਧਾਰਮਿਕ ਗੱਲ ਨਹੀਂ ਕਰਨੀ ਤੁਹਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਸੀਨੀਅਰ ਮੰਨੀਆਂ ਗਈਆਂ ਪਰ ਹੁਣ ਤੁਹਾਡੇ ਚ ਕੀ ਪ੍ਰੋਬਲਮ ਆਈ ਆ ਕੀ ਤੁਹਾਨੂੰ ਸਰਕਾਰ ਵੱਲੋਂ ਜਾਂ ਤੁਹਾਡੇ ਤੇ ਇਹੋ ਜਿਹਾ ਦਬਾਅ ਬਣਿਆ ਕਿ ਤੁਸੀਂ ਅੱਜ ਜਿਹੜੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉਥੇ ਉਹਦੇ ਵਿੱਚ ਕੋਈ ਉਥੇ ਗੱਲ ਨਹੀਂ ਹੋ ਰਹੀ ਕੋਈ ਉਥੇ ਗਲਤ ਨਾਰਾ ਨਹੀਂ ਲੱਗ ਰਿਹਾ ਕੋਈ ਉਥੇ ਸਾਡੇ ਨੌਜਵਾਨਾਂ ਦਾ ਤੁਸੀਂ ਵਿਚ ਵਿਚਰ ਕੇ ਤਾਂ ਦੇਖੋ ਸਾਡੇ ਪੰਜਾਬ ਦਾ ਜਿਹੜਾ ਯੂਥ ਆ ਪੰਜਾਬ ਦੇ ਨੌਜਵਾਨ ਨੇ ਉਹ ਕਿੰਨੇ ਡਿਸਪਲਿਨ ਦੇ ਵਿੱਚ ਉਥੇ ਬੈਠੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਇਹੋ ਜੀ ਗੱਲ ਹੋ ਹੀ ਨਹੀਂ ਰਹੀ ਫੇਰ ਤੁਹਾਡਾ ਇਹ ਕਹਿ ਦੇਣਾ ਕੀ ਨਿਸ਼ਾਨ ਸਾਬ ਲਾ ਦੋ ਇਹ ਬਿਲਕੁਲ ਗਲਤ ਆ ਤੇ ਇਸ ਦਾ ਜਿਹੜਾ 네ਗੇਟਿਵ ਮੈਸੇਜ ਆ ਜਿਹੜਾ ਪੂਰੇ ਸੰਸਾਰ ਦੇ ਵਿੱਚ ਪੂਰੇ ਯੂਥ ਦੇ ਵਿੱਚ ਜਾਊਗਾ ਸੋ ਸਾਨੂੰ ਤਾਂ ਇਹ ਲੱਗ ਰਿਹਾ ਕਿ ਜਿਵੇਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਹੁੰਦੇ ਆਇਆ ਸਾਡੇ ਜਿਹੜੇ ਕਿਸਾਨਾਂ ਦੇ ਸੰਘਰਸ਼ ਨੇ ਉਹ ਖੇਰੂ ਖੇਰੂ ਹੁੰਦੇ ਆਏ ਨੇ ਜਾਂ ਵਿੱਕਦੇ ਨੇ ਪਰ ਅੱਜ ਜੇ ਉਹੀ ਗੱਲ ਹੋਈ ਤਾਂ ਸਾਡਾ ਪੰਜਾਬ ਦਾ ਯੂਥ ਉੱਥੇ ਬੈਠਾ ਸੀ ਡੰਡੇ ਲਈ ਉੱਥੇ ਸਾਰੇ ਪੰਜਾਬ ਦਾ ਯੂਥ ਬੈਠਾ ਅਸੀਂ ਬਿਲਕੁਲ ਨਹੀਂ ਪਿੱਛੇ ਮੁੜਨ ਦਵਾਂਗੇ ਨਾ ਪਿੱਛੇ ਮੁੜਨਾ ਨਾ ਕਾਲੇ ਜਿਹੜੇ ਤਿੰਨ ਕਾਨੂੰਨ ਨੇ ਉਹਨਾਂ ਤੋਂ ਰੱਦ ਕਰਵਾਉਣ ਤੋਂ ਕੋਈ ਘੱਟ ਗੱਲ ਕਰਨੀ ਆ ਹੁਣ ਨਿਸ਼ਾਨ ਸਾਹਿਬ ਤਾਂ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਜੇ ਤੁਸੀਂ ਆਪਣੇ ਉਹ ਸਿਧਾਂਤ ਨੂੰ ਛੱਡ ਦਮੋਗੇ ਫਿਰ ਐ ਹੀ ਕਿਹਾ ਕੱਲੂ ਤੁਹਾਨੂੰ ਸਰਕਾਰ ਕਹਿ ਦੂਗੀ ਜਿਹੜੇ ਪੱਗਾਂ ਮੰਨੀ ਬੈਠੇ ਨੇ ਜਿਹੜੇ ਪੱਗਾਂ ਮੰਨੀ ਬੈਠੇ ਨੇ ਜੀ ਇਹ ਤਾਂ ਟੋਪੀਆਂ ਲੈ ਕੇ ਆਉਣ ਬਾਲ ਪਿੱਛੇ ਨੂੰ ਖੋਲ ਕੇ ਆਉਣ ਅਸੀਂ ਤਾਂ ਜਿਹੜੇ ਪੱਗਾਂ ਵਾਲਿਆਂ ਬੰਨਿਆਂ ਵਾਲਿਆਂ ਤੋਂ ਸਾਨੂੰ ਤਾਂ ਖਾਲਸਤਾਨ ਦੀ ਝਲਕ ਪੈਂਦੀ ਆ ਸੋ ਤੁਸੀਂ ਕਿਹੜੀ ਕਿਹੜੀ ਗੱਲ ਜਿਹੜੀ ਸ਼ਰਤਾਂ ਸਰਕਾਰ ਦੀ ਪੂਰੀ ਕਰਨਗੇ ਉਹ ਇਹ ਤਾਂ ਉਹ ਗੱਲ ਹੋ ਗਈ ਨਾ ਕਿ ਮੈਂ ਤੇਰੇ ਨਹੀਂ ਬਸਣਾ ਤੇਰੇ ਤਾਂ ਖੰਦੇ ਦੀ ਦਾੜ੍ਹੀ ਹਿੱਲਦੀ ਆ ਇਹ ਕਹਾਵਤਾਂ ਇੱਕ ਕਿ ਮੈਂ ਤੇਰੇ ਨਹੀਂ ਬੱਸ ਦੀ ਤੇਰੇ ਤਾਂ ਖਾਂਦੇ ਦੀ ਦਾੜੀ ਹਿਲਦੀ ਆ ਕਾਲੂ ਤੁਸੀਂ ਮੀਟਿੰਗ ਕਰਕੇ ਆਇਓ ਤੁਹਾਨੂੰ ਉਹਨਾਂ ਨੇ ਕਹਿ ਦੇਣਾ ਜੀ ਜਿਹੜੇ ਉੱਥੇ ਕੇਸਰੀ ਪੱਗਾਂ ਬੰਨੀ ਬੈਠੇ ਨੇ ਜੀ ਉਹਨਾਂ ਨੂੰ ਕਹੋ ਵੀ ਉਹ ਪੱਗਾਂ ਲਾ ਕੇ ਜੀ ਉੱਥੇ ਤਾਂ ਹੋਰ ਰੰਗ ਦੀਆਂ ਪੱਗਾਂ ਬੰਨਣ ਤੁਸੀਂ ਉਹ ਗੱਲ ਮੰਨ ਲਿਓ ਫੇਰ ਥੋੜੇ ਦਿਨਾਂ ਬਾਅਦ ਤੁਸੀਂ ਕਹਿ ਦਿਓ ਜੀ ਨਹੀਂ ਤੁਸੀਂ ਪੱਗਾਂ ਵਾਲੇ ਨਹੀਂ ਸਾਨੂੰ ਚਾਹੀਦੇ ਇੱਥੇ ਦਾੜੀਆਂ ਵਾਲੇ ਤੁਸੀਂ ਜਾਓ ਪੰਜਾਬ ਦੇ ਨੌਜਵਾਨੋ ਆਪਣੀ ਆਪਣੀਆਂ ਪੱਗਾਂ ਲਾ ਦਿਓ ਸਿਰ ਤੇ ਤੇ ਵਾਲ ਪਿੱਛੇ ਨੂੰ ਸੱਟ ਕੇ ਟੋਪੀਆਂ ਲੈ ਲਓ ਜਾਂ ਵਾਲ ਤੁਸੀਂ ਐਦਾਂ ਹੀ ਪਿੱਛੇ ਨੂੰ ਸੱਟ ਲਓ ਫੇਰ ਅਸੀਂ ਉਹ ਕਹਿ ਦਿਓ ਜੀ ਖਾਲਸਤਾਨੀ ਨੇ ਇਹ ਕੋਈ ਗੱਲ ਗੱ ਹੈਗਾ ਤੇ ਇੱਕ ਗੱਲ ਤਾਂ ਕਲੀਅਰ ਆ ਕਿ ਪੰਜਾਬ ਨੂੰ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਕਾਮਰੇਡੀ ਸੋਚ ਆ ਜਿਹੜੀ ਉਹ ਬਚਾ ਨਹੀਂ ਸਕਦੀ ਕਾਮਰੇਡ ਨੇ ਜਿਹੜੇ ਪੰਜਾਬ ਨੂੰ ਨਹੀਂ ਬਚਾ ਸਕਦੇ ਠੀਕ ਆ ਇਹ ਸੰਘਰਸ਼ ਦੀ ਅਸੀਂ ਨਹੀਂ ਸੀ ਬੋਲਣਾ ਪਰ ਫੇਰ ਵੀ ਜਿੱਥੇ ਤੁਸੀਂ ਪੰਜਾਬ ਦੇ ਪ੍ਰਤੀ ਕੋਈ ਗਲਤ ਗੱਲ karenge ਹੋ ਜਾਂ ਪੰਜਾਬ ਦੇ ਸਾਡੇ ਨਿਸ਼ਾਨ ਸਾਹਿਬ ਪ੍ਰਤੀ ਜਿਹੜਾ ਲੱਖਾਂ ਦੀਆਂ ਅਸੀਂ ਸ਼ਹਾਦਤਾਂ ਦੇਤੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਆ ਸਾਡੇ ਪੰਜਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਆ ਉਸ ਤੋਂ ਬਾਅਦ ਸਾਡੇ ਪੀੜੀ ਦਰ ਪੀੜੀ ਜਦੋਂ ਜਦੋਂ ਸਾਡਾ ਇਤਿਹਾਸ ਚੱਲਦਾ ਆ ਸਾਡੀਆਂ ਸ਼ਹਾਦਤਾਂ ਹੁੰਦੀਆਂ ਆਈਆਂ ਨੇ ਇਹ ਦਿੱਲੀ ਜਿਹਨੂੰ ਅੱਜ ਜਿਹੜੀ ਸਾਨੂੰ ਕੇਸ ਕੇਸਰੀ ਨਿਸ਼ਾਨ ਸਾਹਿਬ ਤੋਂ ਡਰ ਰਹੀ ਆ ਇਸੇ ਦਿੱਲੀ ਨੂੰ ਤਾਂ ਅਸੀਂ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਫਤਿਹ ਕਰਦੇ ਰਹੇ ਆ ਉੱਥੇ ਤਾਂ ਕੋਈ ਖਾਲਸਾਣ ਦਾ ਨਾਰਾ ਨਹੀਂ ਲੱਗ ਰਿਹਾ ਕੋਈ ਕੋਈ ਹੋਰ ਇਦਾਂ ਦੀ ਗੱਲ ਨਹੀਂ ਹੋ ਰਹੀ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਗਲਤ ਨਹੀਂ ਹੋ ਰਹੀ ਬਿਲਕੁਲ ਪੀਸਫੁਲ ਬੈਠੇ ਨੇ ਸ਼ਾਂਤਮੀ ਤਰੀਕੇ ਦੇ ਨਾਲ ਬੈਠੇ ਨੇ ਪਰ ਤੁਹਾਡਾ ਅੱਜ ਅਚਾਨਕ ਅਚਾਨਕ ਸਟੇਜ ਤੇ ਇਹ ਗੱਲ ਕਹਿ ਦੇਣਾ ਕਿ ਨਿਸ਼ਾਨ ਸਾਹਿਬ ਬਿਲਕੁਲ ਨਹੀਂ ਨਿਸ਼ਾਨ ਸਾਹਿਬ ਲੈਣਗੇ ਸਗਾਂ ਦੇ ਤੁਸੀਂ ਆ ਆਪਣੇ ਜਿਹੜੇ ਸਾਰੇ ਦੇ ਸਾਰੇ ਜਥੇਬੰਦੀਆਂ ਤੁਹਾਨੂੰ ਸੁਝਾ ਦਿੰਨੇ ਆ ਸੀ ਤੁਸੀਂ ਇਕੱਠੇ ਹੋ ਕੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਤੇ ਆਪਣਾ ਜਿਹੜਾ ਝੰਡਾ ਉਹ ਕੇਸਰੀ ਨਿਸ਼ਾਨ ਸਾਹਿਬ ਨੂੰ ਆਪਣਾ ਝੰਡਾ ਮੰਨੋ ਤੇ ਉਹਦੇ ਥੱਲੇ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਪੰਗ ਪੰਗ ਕਰਕੇ ਇੱਕ ਝੰਡਾ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦਾ ਉਹ ਲੈ ਆਓ ਜਿਹੜਾ ਪੰਜਾਬ ਦਾ ਯੂਥ ਅੰਮ੍ਰਿਤਸਰ ਤੋਂ ਲੈ ਕੇ ਹੋਰ ਪਾਸਿਓਂ ਅਸੀਂ 4-400 ਕਿਲੋਮੀਟਰ ਟਰੈਕਟਰ ਚਲਾ ਕੇ ਉੱਥੇ ਪਹੁੰਚਿਆ ਐਡੇ-ਐਡੇ ਪ ਲੱਗੇ ਹੋਏ ਸੀ ਕਿਹੜਾ ਲੀਡਰ ਆ ਜਿਹੜਾ ਜਿਹਦੇ ਪਾਣੀ ਦੀ ਪਛਾੜ ਪਈਆ ਕਿਹੜਾ ਲੀਡਰ ਆ ਜੀ ਤੇ ਅਥਰੂ ਗੈਸ ਹੋਈਆ ਕਿਹੜਾ ਲੀਡਰ ਆ ਜੀ ਨੇ ਧੱਕੇ ਪੱਥਰ ਅੱਗੇ ਪਿੱਛੇ ਕੀਤੇ ਨੇ ਉਹ ਤਾਂ ਸਾਡੇ ਪੰਜਾਬ ਦੇ ਯੂਥ ਨੇ ਕੀਤੇ ਨੇ ਜਦੋਂ ਐਡੇ ਐਡੇ ਪੱਥਰ ਪਏ ਸੀ ਨਾ ਜਦੋਂ ਜੋ ਬੋਲੇ ਸੋਨਿਆਰ ਦਾ ਨਾਰਾ ਲੱਗਦਾ ਸੀ ਪੱਥਰ ਧੂਕੇ ਲੈ ਜਾਂਦੇ ਸੀ ਸਾਡੇ ਸ਼ੇਰ ਪੰਜਾਬ ਦੇ ਤੁਸੀਂ ਗੱਲ ਤੁਹਾਨੂੰ ਇਹ ਬਿਲਕੁਲ ਗਲਤ ਕਾਮਰੇਡੀ ਸੋਚ ਲੈ ਕੇ ਪੰਜਾਬ ਦਾ ਬਿਲਕੁਲ ਨਹੀਂ ਭਲਾ ਹੋ ਸਕਦਾ ਤੇ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ ਨਿਮਰਤਾ ਸਹਿਤ ਮੇਰੀ ਬੇਨਤੀ ਆ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਚ ਕਾਮਰੇੜੀ ਜਥੇਬੰਦੀਆਂ ਨੇ ਕਿ ਤੁਸੀਂ ਹੁਣ ਸੰਘਰਸ਼ ਸਾਡਾ ਸ਼ਿਖਰਾਂ ਤੇ ਪਹੁੰਚਿਆ ਹੋਇਆ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਗਈਆਂ ਨੇ ਕੋਈ ਇਦਾਂ ਦੀ ਗੱਲ ਨਹੀਂ ਹੋਈ ਜਿਹੜੀ ਤੁਹਾਡੇ ਕਹਿਣ ਦੇ ਅਕੋਰਡਿੰਗ ਨਾ ਹੋਵੇ ਸਟੇਜ ਚੱਲ ਰਹੀ ਆ ਉਹ ਵੀ ਤੁਹਾਡੇ ਅਕੋਰਡਿੰਗ ਚੱਲ ਰਹੀ ਆ ਉੱਥੇ ਤੁਸੀਂ ਬੋਲਣ ਦਾ ਸਮਾਂ ਨਹੀਂ ਦਿੰਦੇ ਚਾਹੇ ਕੋਈ ਵੀ ਪੰਜਾਬ ਦਾ ਦਰਦੀ ਆ ਜਾਵੇ ਚਾਹੇ ਪੰਜਾਬ ਦੇ ਨਾਲ ਦਰਦ ਰੱਖਣ ਵਾਲਾ ਤੁਸੀਂ ਉਹ ਸੀ ਸਾਰੀਆਂ ਗੱਲਾਂ ਤੁਹਾਡੀਆਂ ਮੰਨੀਆਂ ਤੁਹਾਡੇ ਤੇ ਕੋਈ ਅਸੀਂ ਕਿੰਤੂ ਪ੍ਰਾਂਤੂ ਨਹੀਂ ਕੀਤਾ ਅਜੇ ਤੱਕ ਪਰ ਜੇ ਤੁਸੀਂ ਸਾਡੀਆਂ ਜੜਾਂ ਹੀ ਪਟਣੇ ਲੱਗ ਗਏ ਜਦੋਂ ਪੰਜਾਬ ਦੀ ਜਿੱਥੇ ਹੋਣ ਦੀ ਗੱਲ ਆ ਜਿੱਥੇ ਪੰਜਾਬ ਦੀ ਜਿਹੜੀ ਜਿਹੜੀ ਚੀਜ਼ ਨੇ ਅਜੇ ਤੱਕ ਪੰਜਾਬ ਨੂੰ ਵਿਸਾ ਬਸ ਦੇ ਰੱਖਿਆ ਆ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਜਿਹੜੀ ਚੀਜ਼ ਨਾਲ ਪੰਜਾਬ ਬਸ ਰਿਹਾ ਜੇ ਤੁਸੀਂ ਅੱਜ ਉਸੇ ਚੀਜ਼ ਤੇ ਅੱਜ ਅਟੈਕ ਕਰ ਦਿੱਤਾ ਸੋ ਉਸੇ ਚੀਜ਼ ਤੋਂ ਤੁਹਾਨੂੰ ਡਰ ਲੱਗਣ ਲੱਗ ਗਿਆ ਫਿਰ ਤਾਂ ਸਾਡੇ ਪੰਜਾਬ ਦਾ ਬਿਲਕੁਲੇ ਘਾਣ ਹੋ ਜਾਣਾ ਫਿਰ ਸਾਡੀ ਜ਼ਮੀਨ ਚਾਹੇ ਰਹੇ ਚਾਹੇ ਨਾ ਰਹੇ ਫਿਰ ਅਸੀਂ ਵੀ ਨਹੀਂ ਰਹਿਣਾ ਫਿਰ ਤਾਂ ਸਾਡੀ ਕੱਲ ਗੱਲ ਪੱਗਾਂ ਤੇ ਆਉਣੀ ਆ ਜਿਉਂ ਜਿਉਂ ਸਾਡੇ ਤੁਸੀਂ ਅੱਗੇ ਅੱਗੇ ਤੁਹਾਨੂੰ ਅਸੀਂ ਸਪੇਸ ਦੇਈ ਜਾਂਦੇ ਆ ਅਸੀਂ ਬੋਲਦੇ ਨਹੀਂ ਅਸੀਂ ਚੁੱਪ ਬੈਠੇ ਆ ਤੁਸੀਂ ਸਾਡੇ ਸਿਰ ਤੇ ਬੈਠਣ ਲੱਗੇ ਅਸੀਂ ਸਿਰ ਤੇ ਨਹੀਂ ਬੈਠਣ ਦੇਣਾ ਸੋ ਸਿੱਖ ਕੌਮ ਆ ਜਿਹੜੀ ਜਿਹੜਾ ਸਿੱਖ ਧਰਮ ਆ ਇਹਨੇ ਕਦੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਇਹਦੀ ਸਭ ਤੋਂ ਵੱਡੀ ਮਿਸਾਲ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਦੂਜਿਆਂ ਦਾ ਧਰਮ ਬਚਾਉਣ ਦੇ ਲਈ ਇਸੇ ਦਿੱਲੀ ਨੂੰ ਬਚਾਉਣ ਦੇ ਲਈ ਇਹ ਆਪਣੀ ਸ਼ਹਾਦਤ ਦਿੱਤੀ ਆ ਫਿਰ ਉਹ ਉਸ ਟਾਈਮ ਉਸ ਟਾਈਮ ਤੱਕ ਕਿਸੇ ਨੇ ਗੱਲ ਕੀਤੀ ਨਹੀਂ ਮੁਗਲਾਂ ਦੇ ਨਾਲ ਜਦੋਂ ਮੁਗਲਾਂ ਨੂੰ ਇਸ ਦਿੱਲੀ ਦੇ ਵਿੱਚੋਂ ਕੱਢਿਆ ਜਾਂ ਗੋਰਿਆਂ ਨੂੰ ਇਸ ਦੇ ਵਿੱਚੋਂ ਕੱਢਿਆ ਨਿਸ਼ਾਨ ਸਾਹਿਬ ਤਾਂ ਸਾਡੇ ਝੁੱਲਦੇ ਰਹੇ ਨੇ ਇੱਥੇ ਗੋਰਿਆਂ ਦਾ ਰਾਜ ਵੀ ਰਿਹਾ ਨਾ ਗੋਰੇ ਵੀ ਰਾਜ ਕਰਕੇ ਗਏ ਨੇ ਉਦੋਂ ਵੀ ਸਾਡਾ ਨਿਸ਼ਾਨ ਸਾਹਿਬ ਝੁੱਲਦਾ ਸੀ ਇੱਥੇ ਮੁਗਲ ਵੀ ਰਹੇ ਨੇ ਸਾਡਾ ਉਦੋਂ ਵੀ ਨishan ਸਾਹਿਬ ਝੁੱਲਦਾ ਸੀ ਚਾਹੇ ਅੱਜ ਮੁੱਦੀ ਬੈਠਾ ਅੱਜ ਸਾਡਾ ਨishan ਸਾਹਿਬ ਝੁੱਲਦਾ ਤੇ ਝੁੱਲਦਾ ਰਹੂਗਾ ਪਰ ਕੋਈ ਗਲਤ ਗੱਲ ਹੋਈ ਨਹੀਂ ਰਹੀ ਯਾਰ ਗੁੱਸਾ ਹੁੰਦਾ ਤੁਹਾਡੇ ਤੋਂ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਆ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਬਿਲਕੁਲ ਸੰਘਰਸ਼ ਨੂੰ ਹੋਰ ਪਾਸੇ ਲੈ ਕੇ ਜਾਣ ਦੀਆਂ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉੱਥੇ ਕੀ ਲੋੜ ਸੀ ਤੁਹਾਨੂੰ ਸਟੇਜ ਤੇ ਉਹੋ ਜਿਹੇ ਬਿਆਨ ਕਹਿਣ ਦੀ ਜਦੋਂ ਉੱਥੇ ਕੋਈ ਗੱਲ ਹੀ ਨਹੀਂ ਹੋ ਰਹੀ ਇਹ ਸਰਕਾਰ ਕਹਿੰਦੀ ਆ ਵੀ ਉੱਥੇ ਨਿਸ਼ਾਨ ਸਾਹਿਬ ਨਹੀਂ ਬੈਠੇ ਹੋਣਾ ਚਾਹੀਦਾ ਉੱਥੇ ਨਿਹੰਗ ਜੱਥੇਬੰਦੀਆਂ ਨਹੀਂ ਨਿਹੰਗ ਜੱਥੇਬੰਦੀਆਂ ਬੈਠੀਆਂ ਨੇ ਉੱਥੇ ਆਪਣੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਉਹ ਕੀ ਗਲਤ ਕਰ ਰਹੀਆਂ ਨੇ ਉੱਥੇ ਉਹ ਕੋਈ ਟੈਂਕ ਲਈ ਬੈਠੇ ਨੇ ਨਹਿਂਗ ਜੱਥੇਬੰਦੀਆਂ ਜਾਂ ਉੱਥੇ ਕੋਈ ਉਹ AK47 ਲਈ ਬੈਠੇ ਨੇ ਜਾਂ ਕੋਈ ਬੌਮਬ ਲਈ ਬੈਠੇ ਨੇ ਜਾਂ ਕੁਝ ਹੋਰ ਲਈ ਬੈਠੇ ਨੇ ਦੱਸੋ ਤਾਂ ਸਹੀ ਨਹਿਂਗ ਜੱਥੇਬੰਦੀਆਂ ਵੱਲੋਂ ਕਿਹੜੀ ਇਹੋ ਜੀ ਇੱਕ ਚੀਜ਼ ਆ ਉਹ ਸ਼ਾਂਤਮਈ ਤਰੀਕੇ ਨਾਲ ਬੈਠੀਆਂ ਨੇ ਲਾੜ ਲੀਆਂ ਫੌਜਾਂ ਬੈਠੀਆਂ ਨੇ ਸੰਘਰਸ਼ ਦਾ ਹਿੱਸਾ ਨੇ ਕਿ ਨਹਿਂਗ ਜੱਥੇਬੰਦੀਆਂ ਨੂੰ ਦਰਦ ਨਹੀਂ ਕਿ ਜਿੰਨੇ ਸਾਡੇ ਨਹਿਂਗ ਵੀਰ ਨੇ ਗਰੂਰ ਦੀਆਂ ਲਾੜ ਲੀਆਂ ਫੌਜੀਆਂ ਉਹ ਕਿਸਾਨ ਨਹੀਂ ਹੈਗੇ ਬਿਲਕੁਲ ਕਿਸਾਨ ਉਹ ਆਪਣੇ ਬਾਣੇ ਦੇ ਵਿੱਚ ਬੈਠੇ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਬਾਣਾ ਬਖਸ਼ਿਆ ਉਹ ਬਾਣੇ 'ਚ ਬੈਠੇ ਨੇ ਜਿਵੇਂ ਜਿਵੇਂ ਗੁਰੂ ਮਹਾਰਾਜ ਨੇ ਬਖਸ਼ਿਆ ਉਹਨਾਂ ਨੂੰ ਆਪਣੇ ਬਾਣੇ 'ਚ ਬੈਠਿਆ ਤੁਹਾਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ ਕਿਉਂ ਤੁਹਾਨੂੰ ਡਰ ਲੱਗ ਰਿਹਾ ਹੁਣ ਤੁਹਾਨੂੰ ਡਰ ਇਹ ਲੱਗ ਰਿਹਾ ਕਿ ਸਰਕਾਰ ਦੇ ਨਾਲ ਸਾਡੀ ਹੁਣ ਦਾਲ ਨਹੀਂ ਦਾਲਣੀ ਹੁਣ ਮੈਂ ਤੁਹਾਨੂੰ ਸਿੱਧੀ ਜਿਹੜੀ ਗੱਲ ਆ ਸਪਸ਼ਟ ਇਹੀ ਆ ਕਿ ਹੁਣ ਤੁਹਾਨੂੰ ਇਹ ਡਰ ਲੱਗ ਰਿਹਾ ਤੁਹਾਡੀ ਸਰਕਾਰ ਨੂੰ ਡਰ ਲੱਗ ਰਿਹਾ ਕਿ ਇਹਨਾਂ ਨੂੰ ਵਾਪਸ ਮੋੜਿਆ ਜਾਵੇ ਖਦੇੜ ਕੇ ਸੋ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਤੇ ਵਧਾਈ ਦਿੰਨਾ ਕਿ ਤੁਸੀਂ ਸ਼ਾਂਤੀ ਬਣਾਈ ਹੋਈ ਆ ਸ਼ਾਂਤੀ ਅੱਗੇ ਤੋਂ ਬਣਾ ਕੇ ਰੱਖਣੀ ਆ ਸ਼ਾਂਤੀ ਬਣਾ ਕੇ ਰੱਖਣੀ ਆ ਇੱਕ ਗੱਲ ਆ ਕਾਮਰੇਡ ਸੋਚ ਸਾਡੇ ਪੰਜਾਬ ਨੂੰ ਨਹੀਂ ਬਚਾ ਸਕਦੀ ਨਹੀਂ ਬਚਾ ਸਕਦੀ ਨਹੀਂ ਬਚਾ ਸਕਦੀ ਜੇ ਸਾਡੇ ਸਿੰਘਾਂ ਦੀਆਂ ਗੱਲਾਂ ਕਰੀਏ ਜੇ ਸਾਡੇ ਸਿੱਖ ਜਿਹੜੇ ਜੇਲਾਂ ਚ ਬੰਦ ਨੇ ਜੇ ਅਸੀਂ ਉਹਨਾਂ ਦੀਆਂ ਗੱਲਾਂ ਕਰੀਏ ਉਹਨਾਂ ਨੂੰ ਛਡਾਉਣ ਦੀਆਂ ਗੱਲਾਂ ਕਰੀਏ ਜੇ ਅਸੀਂ ਪੰਜਾਬ ਦੇ ਵਿੱਚ 2.5 ਲੱਖ ਜਿਹੜਾ ਨੌਜਵਾਨ ਜਿਹੜੀ ਕਤਲੋਕਾਰ ਤੋਂ ਹੋਈ ਆ ਮਨੁੱਖੀ ਅਧਿਕਾਰਾਂ ਦੀ ਸਿੱਖ ਨੌਜਵਾਨਾਂ ਲਈ ਗੱਲ ਕਰੀਏ ਫੇਰ ਤਾਂ ਜੀ ਅਸੀਂ ਅੱਤਵਾਦੀਆਂ ਫੇਰ ਤਾਂ ਅਸੀਂ ਖਾਲਸਤਾਨੀ ਆ ਜੇ ਆਪਣੀਆਂ ਮਰਜ਼ੀਆਂ ਕਰਨ ਫੇਰ ਇਹ ਫੇਰ ਇਹ ਬੜੇ ਵਧੀਆ ਉਹਨੇ ਫੇਰ ਤੁਸੀਂ ਪੱਕ ਪਾ ਦਿਓ ਜੇ ਅਸੀਂ ਇਹਨਾਂ ਦੇ ਅਕੋਰਡਿੰਗ ਚੱਲੀਏ ਸੋ ਇਹ ਗੱਲਾਂ ਬਿਲਕੁਲ ਨਹੀਂ ਹੋਣੀਆਂ ਪੰਜਾਬ ਦੇ ਜਿਹੜੇ ਲੋਕ ਨੇ ਜਿਹੜਾ ਪੰਜਾਬ ਦਾ ਯੂਥ ਆ ਚਾਹੇ ਕੋਈ ਹੋਰ ਧਰਮਾ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੇ ਜਿੰਨੇ ਸਾਰਿਆਂ ਨੂੰ ਪਤਾ ਵੀ ਇਸ ਕੇਸਰੀ ਨਿਸ਼ਾਨ ਸਾਹਿਬ ਨੇ ਸਾਡੀ ਹੋਂਦ ਸਾਡੀ ਇੱਜ਼ਤ ਬਚਾਈ ਆ ਇਹ ਕੇਸਰੀ ਨਿਸ਼ਾਨ ਸਾਹਿਬ ਜਿੱਥੇ ਸਿੱਖ ਕੌਮ ਨੂੰ ਅਗਵਾਹੀ ਕਰਦਾ ਉੱਥੇ ਦੂਜੀ ਧਰਮਾਂ ਦੀ ਰੱਖਿਆ ਵੀ ਕਰਦਾ ਤੇ ਦੂਜੇ ਧਰਮਾਂ ਤੇ ਆਂਚ ਵੀ ਨਹੀਂ ਆਉਣ ਦਿੰਦਾ ਸੋ ਤੁਸੀਂ ਸਾਰੇ ਜਿੰਨੇ ਮੇਰੇ ਨੌਜਵਾਨ ਬੈਠੇ ਹੋ ਸਾਰੇ ਤੁਸੀਂ ਅ ਵਧਾਈ ਦੇ ਪਾਤਰੋਂ ਜਿਹੜੇ ਤੁਸੀਂ ਸ਼ਾਂਤੀ ਬਣਾਈ ਰੱਖਿਆ ਹੋ ਅੱਗੇ ਤੋਂ ਵੀ ਆਪਾਂ ਨੇ ਸ਼ਾਂਤੀ ਬਣਾਈ ਰੱਖਣਾ ਆਪਾਂ ਬਿਲਕੁਲ ਜਿੱਤ ਦੇ ਨੇੜੇ ਆ ਚੁੱਕੇ ਹਾਂ ਹੁਣ ਇਹੋ ਜੇ ਬਿਆਨ ਕਰਕੇ ਇਹੋ ਜੀਆਂ ਗੱਲਾਂ ਕਰਕੇ ਜਿਹੜਾ ਸਾਡਾ ਸੰਘਰਸ਼ਾ ਨੂੰ ਖੇਰੂ ਖੇਰੂ ਕਰਨ ਦੇ ਲਈ ਭਾਰਤ ਦੀ ਜਿਹੜੀ ਸਰਕਾਰ ਆ ਉਹ ਪੱਪਾਂ ਭਾਰ ਹੋਈ ਹੋਈ ਆ ਸੋ ਦਿੱਲੀ ਬੜੀ ਸ਼ਾਤਰ ਆ ਦਿੱਲੀ ਤੋਂ ਸੁਚੇਤ ਰਹਿਣਾ ਸ਼ਾਂਤੀ ਬਣਾਈ ਰੱਖਣਾ ਜਿਵੇਂ ਹੁਣ ਤੁਸੀਂ ਉੱਥੇ ਆਪਣੇ ਪਹਿਰੇ ਦੇ ਰਹੇ ਹੋ ਸਾਰਾ ਕੁਝ ਸਹੀ ਚੱਲ ਰਿਹਾ ਅੱਗੇ ਤੋਂ ਵੀ ਸਹੀ ਰੱਖਣਾ ਇਹੋ ਜਿਹੇ ਬਿਆਨਾਂ ਦਾ ਆਪਾਂ ਨੂੰ ਕੋਈ ਪਰਵਾਹ ਨਹੀਂ ਪਰ ਇਹ ਗੱਲ ਆ ਕਿ ਸ਼ਰਾਰਤੀਆਂ ਅਸਰਾ ਤੇ ਜ਼ਰੂਰ ਕੋਜੀ ਨਗਰ ਰੱਖਣੀਆਂ ਨਾਲ ਹੀ ਇਹੋ ਜਿਹੇ ਲੀਡਰ ਜਿਹੜੇ ਸਾਡੇ ਆਪਣੇ ਸੰਘਰਸ਼ ਨੂੰ ਵੇਚ ਵੀ ਸਕਦੇ ਨੇ ਉਹਨਾਂ ਤੇ ਵੀ ਕੋਜੀ ਅੱਖ ਰੱਖਣੀਆਂ ਮੈਂ ਬੇਨਤੀ ਕਰਦਾ ਸਾਰੇ ਸਾਡੇ ਸਤਕਾਰਯੋਗ ਨੇ ਲੀਡਰ ਜਿਹੜੇ ਅਗਵਾਈ ਕਰ ਰਹੇ ਨੇ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਨੇ ਕਮ ਸੇ ਕਮ ਤੁਸੀਂ ਹੁਣ ਇਹੋ ਜੀਆਂ ਗੱਲਾਂ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਜਿਹੜੇ ਹਿਰਦੇ ਨੇ ਉਹਨਾਂ ਨੂੰ ਨਾ ਦਿਖਾਓ ਨਾ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਕਿ ਕੋਈ ਪੰਜਾਬ ਦੀ ਨੌਜਵਾਨੀ ਸਿਰਫ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋ ਕੇ ਆਈ ਆ ਨਾ ਉਹਨਾਂ ਹੱਥ ਬਾਦਲ ਦਾ ਝੰਡਾ ਸੀ ਨਾ ਉਹਨਾਂ ਹੱਥ ਕਾਂਗਰਸ ਦਾ ਝੰਡਾ ਸੀ ਨਾ ਉਹਦੇ ਲੋਕ ਸੰਸਦ ਪਾਰਟੀ ਨਾ ਆਮ ਆਦਮੀ ਪਾਰਟੀ ਜੇ ਪੰਜਾਬ ਦੇ ਨੌਜਵਾਨ ਇੱਥੇ ਚੱਲ ਕੇ ਆਏ ਨੇ ਸਾਰੇ ਦੇ ਸਾਰੇ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਏ ਨੇ ਆਪਣੇ ਟਰੈਕਟਰਾਂ ਤੇ ਲਾ ਕੇ ਨਿਸ਼ਾਨ ਸਾਹਿਬ ਚਲਾ ਕੇ ਇੱਥੇ ਪਹੁੰਚੇ ਨੇ ਸੋ ਇਹੋ ਜੀਆਂ ਗੱਲਾਂ ਕਰਕੇ ਇਸ ਸੰਘਰਸ਼ ਨੂੰ ਹੋਰ ਪਾਸੇ ਨਾ ਲੈ ਕੇ ਜਾਓ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਤੇ ਆਪਾਂ ਨੇ ਇਹ ਲੜਾਈ ਜ਼ਰੂਰ ਜਿੱਤਣੀ ਆ ਮੇਰੇ ਨੌਜਵਾਨ ਵੀਰਾਂ ਨੂੰ ਇਹੀ ਮੇਰੀਆਂ ਬੇਨਤੀਆਂ ਸੀ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਆਪਣੀ ਜਿਹੜੀ ਇਹੋ ਜਿਹੇ ਬਿਆਨ ਆ ਇਹਨਾਂ ਲਈ ਜ਼ਰੂਰ ਮਾਫੀ ਮੰਗਣ ਤੇ ਦੱਸਣ ਇਹਨਾਂ ਨੇ ਕਿਹੜੇ ਦਬਾਅ ਥੱਲੇ ਆ ਕੇ ਇਹੋ ਜਿਹਾ ਬਿਆਨ ਦਿੱਤਾ ਬਿਲਕੁਲ ਮੈਂ ਵੀਰ ਜੀ ਸਹਿਮਤਾ ਕਾਮਰੇਡ ਸੋ ਸਾਡੇ ਪੰਜਾਬ ਨੂੰ ਦੇ ਪੰਜਾਬ ਦੀ ਜਵਾਨੀ ਨੂੰ ਨਹੀਂ ਬਚਾ ਸਕਦੀ ਇਹ ਸਾਡੇ ਪੱਖ ਦੇ ਨਹੀਂ ਹੈਗੇ ਸੋ ਪਰ ਫਿਰ ਵੀ ਆਪਾਂ ਨੇ ਇਸ ਸੰਘਰਸ਼ ਨੂੰ ਸ਼ਾਂਤੀਮਈ ਸ਼ਾਂਤ ਬਣਾਈ ਰੱਖਣੀ ਆ ਤੇ ਜਿਹੜੇ ਸਾਡੇ ਕਾਲੇ ਤਿੰਨ ਕਾਨੂੰਨ ਥੋਪੇ ਹੋਏ ਨੇ ਉਹਨਾਂ ਨੂੰ ਰੱਦ ਕਰਵਾਉਣਾ ਮੈਂ ਇਹ ਅੰਤ ਦੇ ਵਿੱਚ ਫੇਰ ਦੱਸਣਾ ਚਾਹਣਾ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਇਹ ਲੜਾਈ ਸਿਰਫ ਅਸੀਂ ਜਿਹੜੀ ਲੜ ਰਹੇ ਹਾਂ ਇਹ ਜਿਹੜੇ ਕਿਸਾਨਾਂ ਦੇ ਤੇ ਕਾਲੇ ਕਾਨੂੰਨ ਥੋਪੇ ਗਏ ਉਹਨਾਂ ਦੀ ਲੜਾਈ ਆ ਸੋ ਇਸੇ ਲੜਾਈ ਨੂੰ ਅਸੀਂ پاگل ਨਹੀਂ ਅਸੀਂ ਰਾਜੇ왈 ਸਾਹਿਬ ਸਿਰਫਰੇ ਨਹੀਂ ਹੈਗੇ ਕਿ ਅਸੀਂ ਆਪਣੇ ਸੰਘਰਸ਼ ਨੂੰ ਖਰਾਬ ਕਰਾਂਗੇ ਪਰ ਨਿਸ਼ਾਨ ਸਾਹਿਬ ਲਾਉਣਾ ਬਹੁਤ ਹੀ ਘਟੀਆ ਤੇ ਮੰਦ ਭੱਗਾ ਜਿਹੜਾ ਤੁਸੀਂ ਬਿਆਨ ਦੇ ਕੇ ਸਾਡੀਆਂ ਜਿਹੜੀਆਂ ਕੌਮ ਦੇ ਜਿਹੜੇ ਹਿਰਦੇ ਨੇ ਉਹਨਾਂ ਨਾਲ ਬਲੁੰਦਰੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ